ਸਵਰਨ ਸਿੰਘ ਟੈਣਾ ਜੀ ਸਾਡੇ ਨਾਲ ਕਨੈਕਟ ਹੋ ਚੁੱਕੇ ਹਨ। ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਟੈਣਾ ਜੀ, ਤੁਹਾਡਾ ਵੈਲਕਮ। ਅਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਡੱਲੇਵਾਲ ਨੂੰ ਮਿਲਣ ਕਿਉਂ ਨਹੀਂ ਦਿੰਦੇ ਕਿਸੇ ਨੂੰ? ਕਹਿੰਦੇ ਕਿ ਕੁੱਟਦੀ ਹੈ ਪੁਲਿਸ, ਜੇ ਕੋਈ ਮਿਲਣ ਜਾਂਦਾ ਤਾਂ ਫੜ ਲੈਂਦੇ ਨੇ। ਅਸਲੀ ਮਾਜਰਾ ਕੀ ਹੈ, ਠੀਕ ਠਾਕ ਨੇ ਉਹ? ਬਿਲਕੁਲ ਜੀ ਬਿਲਕੁਲ ਅਸਨ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨੀ ਕਿ ਸਤਿ ਸ਼੍ਰੀ ਅਕਾਲ ਰੈੱਡ ਐਫ ਐਮ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਅਗਲੀ ਗੱਲ ਇਹ ਜੀ ਕਿ ਜਗਜੀਤ ਸਿੰਘ ਡੱਲੇਵਾਲ ਇਸ ਵੇਲੇ ਦਯਾਨੰਦ ਮੈਡੀਕਲ ਕਾਲਜ ਦੇ ਵਿੱਚ ਦਾਖਲ ਆ, ਪੁਲਿਸ ਕੋਲੇ ਜਾਣ ਨਹੀਂ ਦਿੰਦੀ। ਅੱਜ ਵੀ ਤੇ ਕੱਲ ਵੀ ਇਹ ਖਬਰ ਆਈ ਸੀ ਕਿ ਭਾਈ ਥ੍ਰੀ ਲੇਅਰ ਸਿਕਿਉਰਿਟੀ ਉੱਥੇ ਹਸਪਤਾਲ ਦੇ ਆਲੇ ਦੁਆਲੇ ਲਾਈ ਗਈ ਆ ਤਾਂ ਜੋ ਡੱਲੇਵਾਲ ਕੋਲੇ ਕੋਈ ਪਹੁੰਚੇ ਨਾ, ਕੋਈ ਜਾਣਕਾਰੀ ਇੱਕ ਤੋਂ ਦੂਜੀ ਥਾਂ ਤੱਕ ਕਮਿਊਨੀਕੇਸ਼ਨ ਦਾ ਗੈਪ ਰਹੇ, ਕੋਈ ਗੱਲ ਦਾ ਜੁੜਾਅ ਨਾ ਹੋਵੇ। ਅੱਜ ਕਈ ਕਿਸਾਨ ਆਗੂ ਮਿਲਣ ਵਾਸਤੇ ਪਹੁੰਚਣ ਲੱਗੇ ਸੀਗੇ ਪਰ ਪੁਲਿਸ ਨੇ ਰਾਹ ਦੇ ਵਿੱਚ ਰੋਕ ਲਿਆ ਤੇ ਉੱਥੇ ਕਿਸਾਨਾਂ ਦੇ ਨਾਲ ਮਾੜੀ ਮੋਟੀ ਕੋਈ ਹੂਰਾ ਹਾਰਾ ਵੀ ਇੱਕ ਦੂਜੇ ਨੇ ਮਾਰਨ ਵਾਲੀ ਗੱਲ ਬਣੀ ਆ, ਉੱਥੇ ਕਹਿੰਦੇ ਵੀ ਝੜਪ ਹੋਈ ਆ। ਬਾਅਦ ਦੇ ਵਿੱਚ ਦੋ ਤਿੰਨ ਕਿਸਾਨ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਏ ਆ। ਉੱਧਰ ਪਤਾ ਲੱਗਾ ਜੀ ਖਨੌਰੀ ਬਾਰਡਰ ਤੇ ਜਾ ਕੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਵੀ ਕੀਤੀ ਆ ਪਰ ਮੀਟਿੰਗ ਰਹੀ ਆ ਬੇਸਿੱਟਾ। ਉਹ ਕਹਿੰਦੇ ਜੀ ਅਗਲੀ ਗੱਲ ਉਦੋਂ ਕਰਾਂਗੇ ਜਦੋਂ ਡੱਲੇਵਾਲ ਹੋਰਾਂ ਨੂੰ ਖਨੌਰੀ ਬਾਰਡਰ ਦੇ ਉੱਤੇ ਪਹੁੰਚਣ ਦਾ ਮੌਕਾ ਦੇਵੋਗੇ ਉਨੀ ਦੇਰ ਤੱਕ ਗੱਲ ਕੋਈ ਨਹੀਂ। ਸੋ ਮਰਨ ਵਰਤਾ ਜਿਹੜਾ ਉਹ ਜਾਰੀ ਆ। ਸੁਖਜੀਤ ਸਿੰਘ ਹਰਦੋ ਢੱਡੇ ਜਿਹੜੇ ਕਿ ਸਾਬਕਾ ਫੌਜੀ ਆ ਉਹਨਾਂ ਦੇ ਵੱਲੋਂ ਕਹਿੰਦੇ ਵੀ ਡੱਲੇਵਾਲ ਦੇ ਹਸਪਤਾਲ ਦੇ ਵਿੱਚ ਕੁਝ ਨਹੀਂ ਖਾਧਾ ਤੇ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤ ਸ਼ੁਰੂ ਆ ਜੀ। ਜੀ ਸਾਹਿਬ ਆਵਾਜ਼ ਨਹੀਂ ਆ ਰਹੀ ਜੀ। ਹੈਲੋ ਹੈਲੋ ਟੈਣਾ ਜੀ। ਹਾਂਜੀ ਹਾਂਜੀ ਹੁਣ ਆਵਾਜ਼ ਆਈ ਹੈ ਜੀ। ਸਰ ਸੁਖਵੀਰ ਸਿੰਘ ਬਾਦਲ ਹੋਰਾਂ ਬਾਰੇ ਉਹਨਾਂ ਦੇ ਸਪੋਰਟਰ ਚਾਹੁੰਦੇ ਆ ਕਿ ਉਹਨਾਂ ਨੂੰ ਉਹਨਾਂ ਦਾ ਇਮੇਜ ਹੋਰ ਸ਼ਾਰਪ ਕੀਤਾ ਜਾਏ ਅਤੇ ਉਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਉਹ ਕੁਝ ਗੀਤ ਗਵਾਉਣਾ ਚਾਹੁੰਦੇ ਸੀ। ਪੰਜਾਬ ਦਾ ਕਹਿੰਦੇ ਕੋਈ ਸਿੰਗਰ ਮੰਨਿਆ ਨਹੀਂ, ਫਿਰ ਹਰਿਆਣੇ ਤੋਂ ਸਿੰਗਰ ਲਿਆਂਦਾ ਅਤੇ ਉਹਨਾਂ ਦੀ ਪ੍ਰਸ਼ੰਸਾ 'ਚ ਕੋਈ ਗੀਤ ਗਾਏ ਗਏ ਨੇ? ਸਰ ਸਾਹਿਬ ਗੱਲ ਇਹ ਜੀ ਕਿ ਜਿਹੜੇ ਗੀਤ ਆ ਨਾ, ਜਿਹੜੇ ਭਾਂਤ ਦੇ ਗੀਤ ਆਏ ਆ ਜਾਂ ਆਉਣਗੇ ਉਹ ਆਮ ਤੌਰ ਦੇ ਉੱਤੇ ਚੋਣਾਂ ਤੋਂ ਮਹੀਨਾ ਖੰਡ ਪਹਿਲਾਂ ਆਉਂਦੇ ਹੁੰਦੇ ਆ, ਨੇਤਾ ਦੀ ਸਿਫਤ ਕਰਨ ਵਾਲੇ ਜਾਂ ਪਾਰਟੀ ਦੀ ਸਿਫਤ ਕਰਨ ਵਾਲੇ। ਪਰ ਇੱਥੇ ਸਵਾ ਦੋ ਸਾਲ ਪਹਿਲਾਂ ਹੀ ਸੁਖਬੀਰ ਬਾਦਲ ਦੀ ਸਿਫਤ ਦੇ ਵਿੱਚ ਗੀਤ ਆ ਗਿਆ, ਇੱਕ ਤਾਂ ਹੈਰਾਨੀ ਵਾਲੀ ਗੱਲ ਇਹ ਆ। ਦੂਜੀ ਗੱਲ ਇਹ ਕਿ ਹਰਿਆਣਵੀ ਗਾਇਕ ਨੂੰ ਜਿਹਦਾ ਨਾਂ ਹੈਗਾ ਜੀ ਰੌਕੀ ਮਿੱਤਲ, ਜਿਹੜਾ ਕਿ ਪਹਿਲਾਂ ਹੁੰਦਾ ਸੀ ਭਾਜਪਾ 'ਚ, ਉਦੋਂ ਬੀਜੇਪੀ ਦੇ ਉਹ ਪੂਰੇ ਕਸੀਦੇ ਕੱਢਦਾ ਸੀ ਤੇ ਫਿਰ ਹੁਣ ਉਹ ਆ ਗਿਆ ਜੀ ਕਾਂਗਰਸ ਦੇ ਵਿੱਚ ਤੇ ਹੁਣ ਉਹ ਰਾਹੁਲ ਗਾਂਧੀ ਬਾਰੇ ਗੀਤ ਗਾਉਂਦਾ ਹੁੰਦਾ ਤੇ ਰਾਹੁਲ ਗਾਂਧੀ ਬਾਰੇ ਗੀਤ ਗਾਉਂਦਿਆਂ ਗਾਉਂਦਿਆਂ ਉਹਨੇ ਸੁਖਬੀਰ ਬਾਦਲ ਦੀ ਸਿਫਤ ਦੇ ਵਿੱਚ ਗੀਤ ਗਾਤਾ ਤੇ ਉਹਦੇ ਬੋਲ ਹੈਗੇ ਜੀ ਸਾਜਿਸ਼ ਦਾ ਸ਼ਿਕਾਰ ਹੋ ਰਿਹਾ ਆਪਣਾ ਸੁਖਬੀਰ ਹੋਏ, ਔਖੇ ਵੇਲੇ ਛੱਡ ਗਏ ਉਹਨਾਂ ਦੇ ਮਰ ਕੇ ਜ਼ਮੀਰ ਹੋਏ। ਉਹ ਕਹਿੰਦਾ ਜੀ ਕਿ ਮੈਨੂੰ ਕਿਸੇ ਨੇ ਪੈਸੇ ਦੇ ਕੇ ਨਹੀਂ ਗਵਾਇਆ, ਮੈਂ ਅਗਲਾ ਗੀਤ ਵੱਡੇ ਬਾਦਲ ਸਾਹਿਬ ਦੇ ਉੱਤੇ ਵੀ ਗਾਉਣ ਲੱਗਿਆ, ਮੈਂ ਉਹਨਾਂ ਨੂੰ ਇਹ ਮੰਨਦਾ ਕਿ ਬਹੁਤ ਵੱਡੇ ਰਾਜਨੀਤਿਕ ਵਿਅਕਤੀ ਸੀਗੇ, ਉਹਨਾਂ ਵਰਗਾ ਕੋਈ ਨਹੀਂ। ਸੋ ਇਸ ਗੀਤ ਦੇ ਉੱਤੇ ਰੌਲਾ ਰੱਪਾ ਜਿਹਾ ਪੈ ਗਿਆ। ਜਿਹੜੇ ਇਸ ਗੀਤ ਦੇ ਵਿੱਚ ਤਨਜ਼ ਕਸੀ ਗਈ ਆ ਵਿਰੋਧੀਆਂ ਦੇ ਉੱਤੇ, ਇਹਦੇ ਵਿੱਚ ਤਨਜ਼ ਏਜੰਸੀਆਂ ਦੇ ਉੱਤੇ, ਕੇਂਦਰ ਦੇ ਉੱਤੇ, ਅਕਾਲੀ ਦਲ ਸੁਧਾਰ ਲਹਿਰ ਦੇ ਉੱਤੇ ਕਸੀ ਗਈ ਆ ਤੇ ਕਈਆਂ ਨੇ ਇਹ ਗੱਲ ਕਹੀ ਆ ਵੀ ਭਾਈ ਜਾਣ ਬੁੱਝ ਕੇ ਗਵਾਇਆ ਗਿਆ। ਵੈਸੇ 2 ਦਸੰਬਰ ਨੂੰ ਸੁਖਬੀਰ ਬਾਦਲ ਦੇ ਬਾਰੇ ਕੋਈ ਫੈਸਲਾ ਆਊਗਾ ਜੀ। ਤੇ ਹੇਮੰਤ ਸੋਰੇਨ ਨੇ ਸਹੁੰ ਚੁੱਕ ਲਈ ਜੀ ਮੁੱਖ ਮੰਤਰੀ ਦੀ? ਬਿਲਕੁਲ ਜੀ ਬਿਲਕੁਲ, ਝਾਰਖੰਡ ਦੇ ਚੌਥੀ ਵਾਰ ਮੁੱਖ ਮੰਤਰੀ ਬਣਨ ਦੇ ਵਿੱਚ ਕਾਮਯਾਬ ਹੋਏ ਆ। ਚੌਥੀ ਵਾਰ ਹੇਮੰਤ ਸੋਰੇਨ ਨੇ ਝਾਰਖੰਡ ਦੇ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁੱਕੀ ਆ ਕਿਉਂਕਿ ਉੱਥੇ ਇੰਡੀਆ ਗਠਜੋੜ ਦੀ ਸਰਕਾਰ ਬਣੀ ਆ। ਝਾਰਖੰਡ ਮੁਕਤੀ ਮੋਰਚਾ, ਕਾਂਗਰਸ ਦੇ ਬਾਕੀ ਸਹਿਯੋਗੀ ਪਾਰਟੀਆਂ ਦੀ ਸਰਕਾਰ ਆ। ਅੱਜ ਕੱਲੇ ਹੇਮੰਤ ਸੋਰੇਨ ਨੇ ਸੀਐਮ ਦੇ ਤੌਰ ਤੇ ਸਹੁੰ ਚੁੱਕੀ ਆ, ਬਾਕੀਆਂ ਨੇ ਨਹੀਂ। ਕਿਉਂਕਿ ਕਹਿੰਦੇ ਆ ਵੀ ਕਾਂਗਰਸ ਦੇ ਵਿੱਚ ਥੋੜਾ ਜਿਹਾ ਕਲੇਸ਼ ਜਿਹਾ ਵੀ ਚੱਲ ਰਿਹਾ ਵੀ ਭਾਈ ਸਾਡੇ ਮੰਤਰੀ ਵੱਧ ਹੋਣੇ ਚਾਹੀਦੇ ਆ। 2-3 ਦਿਨਾਂ ਤੱਕ ਮੰਤਰੀ ਮੰਡਲ ਦਾ ਪੂਰਾ ਐਲਾਨ ਹੋ ਜਾਊਗਾ ਪਰ ਅੱਜ ਕੱਲੇ ਹੇਮੰਤ ਸੋਰੇਨ ਨੇ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁੱਕੀ ਹੈ ਜੀ।
ਤੇ ਪੰਜਾਬ ਦੇ ਜਿਹੜੇ ਨਵੇਂ MLA ਚੁਣੇ ਗਏ ਨੇ ਉਹਨਾਂ ਨੇ ਕਦੋਂ ਸਹੁੰ ਚੁੱਕਣੀ ਹੈ ਜੀ? 2 ਤਰੀਕ ਨੂੰ ਚੁੱਕਣੀ ਸਰ ਸਾਹਿਬ, ਇਹਨਾਂ ਦੇ ਵੱਲੋਂ 2 ਤਰੀਕ ਨੂੰ ਸਹੁੰ ਚੁੱਕੀ ਜਾਊਗੀ। ਜਿਹੜੀ ਜਾਣਕਾਰੀ ਪ੍ਰਾਪਤ ਹੋਈ ਹੈ ਕਹਿੰਦੇ ਵੀ 2 ਤਰੀਕ ਨੂੰ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਾ ਕੇ ਉੱਥੇ ਸਹੁੰ ਚੁੱਕ ਲੈਣੀ ਆ। ਹੁਣ ਉਹ ਸਹੁੰ ਚੁੱਕਣ ਤੋਂ ਬਾਅਦ ਕੀ ਆਉਂਦੇ ਸਮੇਂ ਦੇ ਵਿੱਚ ਕਰਨਗੇ, ਕੀ ਪ੍ਰੈਕਟੀਕਲ ਤੌਰ ਦੇ ਉੱਤੇ ਕੀ ਹੋਊਗਾ, ਇਹ ਤਾਂ ਸਮਾਂ ਦੱਸੂਗਾ। ਪਰ ਇੰਨੀ ਗੱਲ ਜ਼ਰੂਰ ਆ ਵੀ ਇਸ ਵੇਲੇ ਜਿਹੜੇ ਨਵੇਂ ਚੁਣੇ ਗਏ ਵਿਧਾਇਕ ਉਹ ਬਾਗੋ ਬਾਗ ਆ, ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਪਤਾ ਲੱਗਾ ਜੀ ਕਿ ਇੱਥੇ ਇਹਨਾਂ ਨੂੰ ਬੁਲਾਇਆ ਗਿਆ, ਤੇ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਸਹੁੰ ਚੁਕਾਈ ਜਾਊਗੀ 2 ਤਰੀਕ ਨੂੰ। ਜਿਹੜੇ 4 ਨਵੇਂ ਚੁਣੇ ਗਏ ਆ, 3 ਉਹਦੇ ਵਿੱਚ ਆਪ ਦੇ ਤੇ 1 ਕਾਂਗਰਸ ਦਾ ਜੀ। ਅੱਛਾ, ਪੰਜਾਬ ਦੇ ਕਰਪਟ ਅਫਸਰਾਂ ਦੀ ਫੜੋ ਫੜਾਈ ਹਾਲੇ ਕਹਿੰਦੇ ਜਾਰੀ ਹੈ, ਹੁਣ ਇੱਕ ਤਹਿਸੀਲਦਾਰ ਫੜਿਆ ਕੋਈ? ਹਾਂ ਬਿਲਕੁਲ ਜੀ, ਬਿਲਕੁਲ ਗੱਲ ਹੈ ਜੀ ਕਿ ਤਹਿਸੀਲਦਾਰ ਫੜਿਆ ਜੀ, ਤਪਾ ਮੰਡੀ ਦੇ ਵੱਲੋਂ ਖਬਰ ਆਈ ਹੈ। ਸੁਖਚਰਨ ਸਿੰਘ ਨਾਂ ਦੇ ਤਹਿਸੀਲਦਾਰ ਦਾ ਵੇਰਵਾ ਸਾਹਮਣੇ ਆਇਆ। ਪਤਾ ਲੱਗਾ ਜੀ ਵਿਜੀਲੈਂਸ ਨੇ 20,000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ, ਤੇ ਉਸ ਤੋਂ ਬਾਅਦ ਕਹਿੰਦੇ ਜੀ ਕਿ ਜਿਹੜਾ ਰੈਵੀਨਿਊ ਡਿਪਾਰਟਮੈਂਟ ਆ ਉਹਦੇ ਕਰਮਚਾਰੀ ਅਧਿਕਾਰੀ ਆ ਜਿਹੜੇ ਉਹ ਕਹਿੰਦੇ ਜੀ ਇਸ ਤਾਂ ਹੜਤਾਲ ਤੇ ਚੱਲੇ ਆ ਕਿਉਂਕਿ ਸਾਡੇ ਸਾਥੀ ਨੂੰ ਗ੍ਰਿਫਤਾਰ ਕਿਵੇਂ ਕੀਤਾ। ਸੋ ਪਤਾ ਨਹੀਂ ਜੀ ਆਉਂਦੇ ਸਮੇਂ 'ਚ ਕੀ ਬਣੂਗਾ, ਪਰ ਇਹ ਜਿਹੜੀ ਫੜੋ ਫੜਾਈ ਵਾਲਾ ਸਿਲਸਿਲਾ ਪਹਿਲਾਂ ਵੀ ਚੱਲਦਾ ਸੀ, ਹੁਣ ਵੀ ਚੱਲਦਾ, ਰੁਪਈਏ ਪਹਿਲਾਂ ਵੀ ਚੱਲਦੇ ਸੀ ਹੁਣ ਵੀ ਚੱਲਦੇ ਆ। ਪਹਿਲਾਂ ਲੈਣ ਦਾ ਤਰੀਕਾ ਹੋਰ ਸੀ, ਮੈਨੂੰ ਇੱਕ ਬੰਦੇ ਨੇ ਜਾਣਕਾਰੀ ਦਿੱਤੀ, ਉਹ ਪੁਲਿਸ ਮਹਿਕਮੇ ਦੇ ਵਿੱਚ ਆ, ਉਹ ਕਹਿੰਦਾ ਬਾਈ ਜੀ ਰਿਸ਼ਵਤ ਚੱਲਦੀ ਆ ਪਰ ਰਿਸ਼ਵਤ ਦੇ ਢੰਗ ਬਦਲ ਗਏ ਆ। ਪਹਿਲਾਂ 500-2,000 ਰੁਪਇਆ 5-5,000 ਰੁਪਇਆ ਲੈਂਦੇ ਹੁੰਦੇ ਸੀਗੇ ਜਿਹੜੇ ਤਹਿਸੀਲਦਾਰ ਜਾਂ ਹੋਰ, ਸਾਰਿਆਂ ਦੀ ਮੈਂ ਗੱਲ ਨਹੀਂ ਕਰਦਾ, ਕੁਝ ਕੁ ਇਮਾਨਦਾਰ ਵੀ ਹੈਗੇ ਆ, ਪਰ ਹੁਣ ਨਾ ਉਹ ਪਰਚੂਨ ਲੈਣ ਦੀ ਥਾਂ ਦੇ ਉੱਤੇ ਉਹ ਹੁਣ ਤਕੜਾ ਟੱਕ ਮਾਰਦੇ ਆ, 1-1.5 ਲੱਖ ਰੁਪਏ ਵਾਲਾ ਇਕੱਠਾ ਕੰਮ ਕਰ ਲੈਂਦੇ ਆ। ਉਹ ਕਹਿੰਦੇ ਨਿੱਕਾ ਮੋਟਾ ਕੀਚਰ ਭੀਂਗਾ ਕਿਉਂ ਕਰਨਾ, ਅਸੀਂ ਵੱਧ ਤੋਂ ਵੱਧ ਪੈਸੇ 1-2 ਜਣੇ ਤੋਂ ਲੈ ਲੈਂਦੇ ਆ। ਫਿਰ ਕਹਿੰਦੇ ਵੀ ਜਿਹੜੇ ਨਾਕੇ ਲੱਗੇ ਹੁੰਦੇ ਕਈ ਥਾਵਾਂ ਤੇ, ਸਾਰੀਆਂ ਥਾਵਾਂ ਤੇ ਵੀ ਕਈ ਥਾਵਾਂ ਤੇ ਨਾਕਾ ਲੱਗਾ ਹੁੰਦਾ, ਜਦੋਂ ਬੰਦੇ ਨੇ ਬੈਲਟ ਨੀ ਲਾਈ, ਉਹਦੇ ਕੋਲ RC ਹੈ ਨੀ, ਲਾਇਸੈਂਸ ਹੈ ਨੀ, ਹੈਲਮਟ ਹੈ ਨੀ, ਜਾਂ ਕੋਈ ਹੋਰ ਬੇਨਿਯਮੀ ਆ, ਉਹ ਕਹਿੰਦੇ ਜੀ ਆਪ ਨੀ ਪੈਸੇ ਫੜਦੇ, ਕਹਿੰਦੇ ਨੇ ਉਹ ਸਾਹਮਣੇ ਮਰੂਦਾਂ ਵਾਲੀ ਰੇਹੜੀ ਤੇ ਫੜਾਇਆ, ਸ਼ਾਮ ਨੂੰ ਉਹਦੇ ਨਾਲ ਹਿਸਾਬ ਕਰ ਲੈਂਦੇ ਆ ਜੀ। ਟਿਣਾ ਜੀ, ਅੰਮ੍ਰਿਤਧਾਰੀ ਸਿੰਘਾਂ ਨੂੰ ਕਹਿੰਦੇ ਬਾਹਰਲੇ ਮੁਲਕਾਂ 'ਚ ਓਨੀਆਂ ਦਿੱਕਤਾਂ ਪੈਦਾ ਨਹੀਂ ਹੋ ਰਹੀਆਂ ਜਿੰਨੀਆਂ ਭਾਰਤ 'ਚ ਹੋ ਰਹੀਆਂ ਨੇ। ਕਿਸੇ ਅੰਮ੍ਰਿਤਧਾਰੀ ਸਿੰਘ ਨੂੰ ਦਿੱਲੀ ਦੇ ਮੈਟਰੋ ਸਟੇਸ਼ਨ 'ਤੇ ਨਹੀਂ ਜਾਣ ਦਿੱਤਾ ਕਿਉਂਕਿ ਸ੍ਰੀ ਸਾਹਿਬ ਪਾਈ ਹੋਈ ਸੀ? ਬਿਲਕੁਲ ਜੀ ਬਿਲਕੁਲ, ਤੇ ਇਸ ਗੱਲ ਦੇ ਉੱਤੇ ਅੱਜ ਹਰਮੀਤ ਸਿੰਘ ਕਾਲਕਾ ਦੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਆਵਾਜ਼ ਚੁੱਕੀ ਆ, ਕਿਉਂਕਿ ਇਹ ਨਾ ਸਮੇਂ-ਸਮੇਂ ਤੇ ਖਬਰਾਂ ਆਉਂਦੀਆਂ ਰਹਿੰਦੀਆਂ ਜੀ। ਕਦੇ ਖਬਰ ਆਉਂਦੀ ਜੀ ਕਿ ਕਿਸੇ ਨੂੰ ਚੜ੍ਹ ਨਹੀਂ ਦਿੱਤਾ ਗਿਆ ਜਹਾਜ਼ ਦੇ ਵਿੱਚ, ਬੋਰਡਿੰਗ ਪਾਸ ਕੋਲੇ ਸੀ, ਕਹਿੰਦੇ ਵੀ ਭਾਈ ਤੁਹਾਡੇ ਕਿਰਪਾਨ ਪਹਿਨੀ ਹੋਈ ਆ। ਅੱਜ ਮੈਟਰੋ ਦੇ ਵਿੱਚ ਨਹੀਂ ਚੜ੍ਹ ਦਿੱਤਾ ਗਿਆ ਦਿੱਲੀ, ਕਹਿੰਦੇ ਜੀ ਕਿਰਪਾਨ ਪਹਿਨੀ ਹੋਈ ਆ। ਕਦੇ ਕਿਸੇ ਨੂੰ ਪੇਪਰ ਦੇ ਵਿੱਚ ਨਹੀਂ ਬਹਿਣ ਦਿੰਦੇ, ਕਹਿੰਦੇ ਨੇ ਕਿਰਪਾਨ ਪਹਿਨੀ ਹੋਈ ਆ, ਜਦਕਿ ਨਿਯਮਾਂ ਦੇ ਮੁਤਾਬਕ 6 ਇੰਚ ਤੋਂ ਛੋਟੀ ਕਿਰਪਾਨ ਪਹਿਨ ਕੇ ਸਫ਼ਰ ਕੀਤਾ ਜਾ ਸਕਦਾ। ਤੇ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਵੀ ਜਾਣ ਬੁੱਝ ਕੇ ਸਾਨੂੰ ਪਰਖਣ ਦੇ ਲਈ, ਸਾਨੂੰ ਚੈੱਕ ਕਰਨ ਦੇ ਲਈ ਇਹ ਸ਼ਡਯੰਤਰ ਰਚੇ ਜਾ ਰਹੇ ਆ। ਉਹਨਾਂ ਨੇ ਕਿਹਾ ਜੀ ਕਿ ਜਿਹੜੇ ਲੋਕਾਂ ਦੇ ਵੱਲੋਂ ਇਹ ਰੋਕ ਲਾਈ ਗਈ ਆ ਉਹਨਾਂ ਦੇ ਉੱਤੇ ਸਰਕਾਰ ਸਖ਼ਤ ਕਾਰਵਾਈ ਕਰੇਗੀ। ਤੇ ਬਾਕੀ ਨਗਰ ਨਿਗਮ ਦੀਆਂ ਚੋਣਾਂ ਕਦੋਂ ਹੋਣੀਆਂ ਨੇ? ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਜੀ ਦਸੰਬਰ ਦੇ ਆਖਰੀ ਦਿਨਾਂ ਦੇ ਵਿੱਚ ਹੋਣਗੀਆਂ, ਸ਼ਾਇਦ ਆਖਰੀ ਹਫ਼ਤੇ ਦੇ ਵਿੱਚ ਹੋ ਜਾਣ ਜਾਂ ਕਿਵੇਂ, ਪਰ ਆਖਰੀ ਦਿਨਾਂ ਦੇ ਵਿੱਚ ਜ਼ਰੂਰ ਹੋਣਗੀਆਂ, ਇਹ ਗੱਲ ਪੱਕੀ ਹੋ ਗਈ ਆ। ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਨਗਰ ਨਿਗਮ ਦੀਆਂ ਚੋਣਾਂ ਵਾਸਤੇ ਸਾਰੀਆਂ ਸਿਆਸੀ ਪਾਰਟੀਆਂ ਮੈਂ ਨਾ ਵੀ ਪੂਰੇ ਖਿੱਚ ਮਖਿੱਚ ਚੱਲ ਪਿਆ, ਹੁਣ ਕੰਮ ਪੂਰੀ ਖਿੱਚੋ ਤਾਣ ਚੱਲਦੀ ਆ। BJP ਕਹਿੰਦੀ ਆ ਅਸੀਂ ਕਮਾਲ ਕਰਨੀ ਆ, ਕਾਂਗਰਸ ਕਹਿੰਦੀ ਅਸੀਂ ਕਰ ਦਿਆਂਗੇ, ਆਪ ਕਹਿੰਦੀ ਸਾਡੀ ਸਰਕਾਰ ਆ ਅਸੀਂ ਹੀ ਕਰਾਂਗੇ, ਤੇ ਚੁੱਪ ਗੁੱਪ ਇਕੱਲਾ ਅਕਾਲੀ ਦਲ ਹੀ ਆ ਕਿ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨਗਰ ਨਿਗਮ ਨਗਰ ਕੌਂਸਲ ਦੀਆਂ ਚੋਣਾਂ ਵਾਸਤੇ ਪੂਰੀ ਤਰ੍ਹਾਂ ਸਰਗਰਮਾ ਜੀ। ਨਵਜੋਤ ਸਿੰਘ ਸਿੱਧੂ ਆਪਣੀ ਧਰਮ ਪਤਨੀ ਨੂੰ ਕੈਂਸਰ ਤੋਂ ਬਚਾਉਣ ਦੇ ਵਿੱਚ ਤਾਂ ਕਾਮਯਾਬ ਹੋ ਗਏ, ਆਪਣੀ ਆਯੁਰਵੈਦਿਕ ਜਿਹੜੀ ਡਾਇਟ ਲਿਸਟ ਸੀ, ਪਰ ਉਹ ਮਾਮਲਾ ਹੁਣ ਕਾਫੀ ਕਹਿੰਦੇ ਵੱਧ ਗਿਆ। ਸਿੰਘ ਇਹ ਮਾਮਲਾ ਵਧਣ ਵਾਲਾ ਵੀ ਨਹੀਂ ਸੀਗਾ, ਤੇ ਮੈਂ ਇਹਨੂੰ ਮਾਮਲਾ ਵੀ ਨਹੀਂ ਮੰਨਿਆ ਪਹਿਲੇ ਦਿਨ ਤੋਂ, ਕਿਉਂਕਿ ਬੰਦੇ ਦੇ ਆਪਣੇ ਤਜਰਬੇ ਆ, ਆਪਣਾ ਪ੍ਰਭਾਵ ਆ।
ਕਿਸੇ ਦਾ ਕੋਈ ਚੰਗਾ ਐਕਸਪੀਰੀਅੰਸ ਹੁੰਦਾ, ਕਿਸੇ ਦਾ ਮਾੜਾ ਹੋ ਸਕਦਾ। ਕਿਸੇ ਨੂੰ ਆਯੁਰਵੈਦ ਚੰਗਾ ਲੱਗਦਾ, ਕਿਸੇ ਨੂੰ ਹੋਮਿਓਪੈਥੀ, ਕਿਸੇ ਨੂੰ ਐਲੋਪੈਥੀ। ਆਪਾਂ ਜੇ ਕੋਈ ਐਲੋਪੈਥੀ ਵਾਲੇ ਨੂੰ ਇਹ ਨਹੀਂ ਗੱਲ ਕਹਿ ਸਕਦਾ ਵੀ ਛੱਡ ਪਰਾਂ ਆਹ ਗੁਲੀਆਂ ਗਲ ਕੇ ਕਾਹਤੋਂ ਖਾਣੀਆਂ, ਚੱਲ ਆਹ ਪੁੜੀਆਂ ਲੈ ਆਯੁਰਵੈਦ ਵਰਤ, ਇਹ ਵੀ ਨਹੀਂ ਕਹਿਣ ਦਾ ਅਧਿਕਾਰ। ਕਿਸੇ ਨੂੰ ਹੋਮਿਓਪੈਥੀ ਮਾਫਕ ਆ, ਪਰ ਇਹ ਐਵੇਂ ਬੇਲੋੜਾ ਵਿਵਾਦ ਜਿਹਾ ਹੈਗਾ। ਮੈਨੂੰ ਤਾਂ ਲੱਗਦਾ ਵੀ ਵਿਹਲੇ ਬੈਠਿਆਂ ਦੀ ਘਾੜਤ ਜੀ ਹੈਗੀ ਆ, ਕਿਉਂਕਿ ਸਿੱਧੂ ਨੇ ਇੱਕ ਵਾਰ ਵੀ ਇਹ ਗੱਲ ਨਹੀਂ ਕਹੀ ਕਿ ਐਲੋਪੈਥੀ ਨਾ ਵਰਤੋ। ਉਹਨੇ ਬਿਲਕੁਲ ਨਹੀਂ ਕਿਹਾ ਜੀ ਕਿ ਤੁਸੀਂ ਕੈਂਸਰ ਦਾ ਆਪਰੇਸ਼ਨ ਨਾ ਕਰਾਓ, ਕੈਂਸਰ ਦੇ ਟੈਸਟ ਨਾ ਕਰਾਓ, ਤੁਸੀਂ ਕੀਮੋਥੈਰੇਪੀ ਨਾ ਕਰਾਓ, ਉਹਨੇ ਤਾਂ ਇਹ ਗੱਲ ਕਹੀ ਨਹੀਂ। ਪਰ ਆ ਹੁਣ ਛੱਤੀਸਗੜ੍ਹ ਸਿਵਲ ਸੁਸਾਇਟੀ ਨੇ 850 ਕਰੋੜ ਦਾ ਨੋਟਿਸ ਭੇਜਤਾ, ਕਈ ਡਾਕਟਰਾਂ ਨੇ ਇਹ ਗੱਲ ਕਹੀ ਵੀ ਤੁਸੀਂ ਭਾਈ ਗੁਮਰਾਹ ਕੀਤਾ ਹੈਗਾ, ਤੁਸੀਂ ਆਪਦੇ ਸ਼ਬਦ ਵਾਪਸ ਲਓ, ਅਸੀਂ ਤੁਹਾਡੇ ਦਾਅਵਿਆਂ ਦਾ ਖੰਡਨ ਕਰਦੇ ਹਾਂ, ਬੇਲੋੜੀ ਜੀ ਚਰਚਾ ਛਿੜ ਪਈ ਹੈ ਜੀ। ਟਿੰਡਾ ਜੀ, ਦੁਨੀਆ 'ਚ ਵੱਡੇ ਵੱਡੇ ਪ੍ਰੋਜੈਕਟ ਹੋ ਜਾਂਦੇ ਆ, ਭਾਰਤ ਦੇ ਵਿੱਚ ਵੀ ਸਰਕਾਰ ਨੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਕੀਤੇ ਆ, ਪੰਜਾਬ ਦੀ ਸਰਕਾਰ ਦੀਆਂ ਵੀ ਪ੍ਰਾਪਤੀਆਂ ਹੈਗੀਆਂ ਨੇ, ਲੇਕਿਨ ਕਿੰਨੀਆਂ ਸਰਕਾਰਾਂ ਬਦਲ ਗਈਆਂ, ਬੁੱਢਾ ਨਾਲਾ ਨਹੀਂ ਠੀਕ ਆਇਆ। ਬੁੱਢੇ ਨਾਲੇ ਦਾ ਕੀ ਸਿਲਸਿਲਾ ਹੁਣ, ਹਾਲੇ ਤਾਂ ਹੁਣ ਕਿੱਥੇ ਖੜੀ ਹੈ ਗੱਲ? ਸਾਹਿਬ ਗੱਲ ਅਸਲ ਦੇ ਵਿੱਚ ਇਹ ਆ ਵੀ ਮੈਂ ਕੋਈ ਨੈਗੇਟਿਵ ਨਹੀਂ ਸੋਚਦਾ ਗਾ, ਪਰ ਜੋ ਹਾਲਾਤ ਆ ਨਾ, ਇਹ ਬੁੱਢੇ ਨਾਲੇ ਵਾਲਾ ਮਸਲਾ ਹੱਲ ਆਉਣਾ ਨਹੀਂ ਗਾ। ਉਹਦਾ ਕਾਰਨ ਇਹ ਵੀ ਇਹ ਹੱਲ ਤਾਂ ਹੋਊਗਾ ਜੇਕਰ ਸੁਹਿਰਦਤਾ ਹੋਊਗੀ ਤੇ ਛਿੱਤਰ ਤਕੜਾ ਹੋਊਗਾ, ਕਿਉਂਕਿ ਬਹੁਤ ਸਾਰੀਆਂ ਫੈਕਟਰੀਆਂ ਵਾਲੇ ਅੱਜ ਵੀ ਗੰਦਾ ਪਾਣੀ ਬੁੱਢੇ ਨਾਲੇ ਚ ਪਾਉਂਦੇ ਆ, ਸੀਵਰੇਜ ਦਾ ਪਾਣੀ ਵੀ ਬੁੱਢੇ ਨਾਲੇ ਚ ਜਾਂਦਾ, ਚਮੜੇ ਦੀ ਰੰਗਾਈ ਵਾਲੀਆਂ ਫੈਕਟਰੀਆਂ ਦਾ ਪਾਣੀ ਵੀ ਇੱਥੇ ਜਾਂਦਾ, ਕੈਮੀਕਲਾਂ ਵਾਲਾ, ਡੇਅਰੀਆਂ ਦਾ ਪਾਣੀ ਵੀ ਇੱਥੇ ਦੂਸ਼ਿਤ ਜਾਂਦਾ, ਇੱਥੇ ਬੜਾ ਗੰਦ ਪਹਿਲੇ ਜਾਂਦਾ। ਤੁਸੀਂ ਅੱਜ ਬੁੱਢੇ ਨਾਲੇ ਨੂੰ ਮੰਨ ਲਓ ਸਾਫ਼ ਕਰ ਦਿਓ ਤੇ ਮਹੀਨਾ ਇੱਕ ਨਹੀਂ ਪੈਣਾ, ਉਵੇਂ ਹੀ ਕਾਲਾ ਪਾਣੀ ਫਿਰ ਹੋ ਜਾਣਾ, ਕਿਉਂਕਿ ਪਿੱਛੋਂ ਰੁਕਾਵਟ ਹੀ ਕੋਈ ਨਹੀਂ ਗੀ, ਉਹਨੂੰ ਡੱਕਿਆ ਹੀ ਨਹੀਂ ਜਾਂਦਾ ਗਾ। ਲੋਕ ਲਗਾਤਾਰ ਕਰਦੇ, ਲੋਕਾਂ ਦੀ ਤਾਂ ਮੱਤ ਹੀ ਹਿੱਲਣੇ ਜੀ, ਲੋਕ ਤਾਂ ਚਲੋ ਹੈਗੇ ਹੀ ਇਹੋ ਜਿਹੇ ਆ, ਪਰ ਸਰਕਾਰਾਂ ਦੇ ਵੱਲੋਂ ਵੀ ਕੁਝ ਨਹੀਂ ਕੀਤਾ ਜਾਂਦਾ। ਤੇ ਹੁਣ ਲੱਖਾ ਸਿਧਾਣਾ ਤੇ ਉੱਧਰ ਜੀ ਅਮਤੋਜ ਮਾਨ ਤੇ ਕਈ ਇਹਨਾਂ ਦੇ ਹੋਰ ਹਮਖਿਆਲ ਸਾਥੀ ਆ, ਉਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਕਾਲੇ ਪਾਣੀ ਦਾ ਮੋਰਚਾ ਲੁਧਿਆਣੇ ਦੇ ਬੁੱਢੇ ਨਾਲੇ ਦੇ ਉੱਤੇ ਸ਼ੁਰੂ ਕੀਤਾ ਹੋਇਆ। 3 ਤਰੀਕ ਨੂੰ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਸ ਬੁੱਢੇ ਨਾਲੇ ਨੂੰ ਬੰਨ ਮਾਰਾਂਗੇ, ਤਾਜਪੁਰ ਰੋਡ ਦੇ ਉੱਤੇ ਉਹ ਕਹਿੰਦੇ ਜੀ ਅਸੀਂ ਬੰਨ ਮਾਰਾਂਗੇ, ਕਿਉਂਕਿ ਸਤਲੁਜ ਦੇ ਵਿੱਚ ਵੀ ਪਾਣੀ ਜਾਂਦਾ, ਲੋਕਾਂ ਨੂੰ ਕੈਂਸਰ ਵੜਦਾ, ਕਾਲਾ ਪੀਲੀਆ ਬਣਦਾ, ਕਿਡਨੀਆਂ ਲੋਕਾਂ ਦੀਆਂ ਖਰਾਬ ਹੋ ਰਹੀਆਂ। ਪਰ ਵੇਹਨੇ ਭਾਈ ਉਸ ਦਿਨ ਕੀ ਬਣਦਾ, ਇਸ ਟੀਮ ਨੇ ਗੱਲ ਕਹੀ ਵੀ ਪੂਰੇ ਪੰਜਾਬ ਦੇ ਵਿੱਚੋਂ ਲੋਕ ਆਉਣ ਬੰਨ ਮਾਰਨ ਵਾਸਤੇ, ਜੇਕਰ ਪੁਲਿਸ ਰੋਕੇ ਤਾਂ ਜਿੱਥੇ ਵੀ ਰੋਕੇ ਉੱਥੇ ਧਰਨਾ ਲਾ ਕੇ ਬਹਿ ਜਾਓ ਜੀ। ਬੰਨ ਮਾਰ ਕੇ ਫਿਰ ਗਾਹਾਂ ਪਾਣੀ ਰੋਕ ਦੇਣਗੇ, ਕਿੱਧਰ ਜਾਏਗਾ ਫਿਰ ਪਾਣੀ? ਉਹ ਕਹਿੰਦੇ ਜੀ ਪਾਣੀ ਨੂੰ ਅਸੀਂ ਰੋਕ ਦਿਆਂਗੇ, ਆਪੇ ਸਰਕਾਰ ਪ੍ਰਬੰਧ ਕਰੂਗੀ ਵੀ ਭਾਈ ਜਦੋਂ ਇਹ ਧਰਤੀ ਦੇ ਹੇਠਾਂ ਦੂਸ਼ਿਤ ਪਾਣੀ ਪਾਏ ਜਾਂਦੇ ਆ, ਬੋਰ ਕਰ ਕਰਕੇ ਧਰਤੀ ਦੇ ਹੇਠਾਂ ਪਾਣੀ ਜਾਂਦੇ ਆ, ਬੁੱਢੇ ਨਾਲੇ ਦੇ ਆਲੇ ਦੁਆਲੇ 1 ਕਿਲੋਮੀਟਰ ਦੇ ਖੇਤਰ ਦੇ ਵਿੱਚ ਪੀਣ ਯੋਗ ਪਾਣੀ ਨਹੀਂ ਹੈਗਾ, ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ। ਉਹਨਾਂ ਨੇ ਕਿਹਾ ਜੀ ਕਿ ਪਾਣੀ ਤੁਸੀਂ ਇੱਕ ਵਾਰੀ ਜਦੋਂ ਰੋਕਾਂਗੇ ਤੇ ਜਦੋਂ ਆਲੇ ਦੁਆਲੇ ਵੜੂਗਾ, ਆਪੇ ਸਰਕਾਰ ਦਾ ਕੰਮ ਆ ਜੀ, ਸਰਕਾਰ ਵੇਹਨੇ ਫਿਰ ਕੀ ਕਰਦੀ ਹੈ ਜੀ। ਅੱਛਾ ਟਿੰਡਾ ਜੀ, ਦਾਜ ਦਹੇਜ ਹਾਲੇ ਵੀ ਚੱਲ ਰਿਹਾ, ਕਹਿੰਦੇ 25-25 ਲੱਖ ਰੁਪਈਆ ਮੰਗਿਆ ਜਾ ਰਿਹਾ, ਕੀ ਕਹਾਣੀ ਹੈ ਇਹ ਨਵੇਂ ਵਿਆਹ ਦੀ? ਦੇਖੋ ਮੈਨੂੰ ਤਾਂ ਲੱਗਦਾ ਸੀਗਾ ਜੀ, ਮੈਨੂੰ ਹੁਣ ਵੀ ਲੱਗਦਾ ਵੀ ਪੰਜਾਬ ਦੇ ਵਿੱਚ ਦਾਜ ਦੀ ਸਮੱਸਿਆ ਅੱਗੇ ਨਾਲੋਂ ਬਹੁਤ ਘਟੀ ਆ, ਤੇ ਮੈਂ ਚਾਹੁੰਦਾ ਜੀ ਕਿ ਇਹ ਸਮੱਸਿਆ ਬਿਲਕੁਲ ਵੀ ਨਾ ਹੋਵੇ। ਪਰ ਫਿਰ ਵੀ ਵਿੱਚ ਵਿਚਾਲੇ ਖਬਰਾਂ ਆਉਂਦੀਆਂ ਜਿੱਥੇ ਮਾੜੀ ਮੱਤ ਵਾਲੇ ਲੋਕਾਂ ਦੀ ਕੋਈ ਉਦਾਹਰਨ ਮਿਲ ਜਾਂਦੀ ਆ। ਜੇਕਰ ਮੈਂ ਨਾਲੇ ਵੀ ਗੱਲ ਕਹਿੰਦਾ ਵੀ ਜੇਕਰ ਕੁੜੀ ਵਾਲਿਆਂ ਦੇ ਵੱਲੋਂ ਲਾਏ ਗਏ ਇਹ ਦੋਸ਼ ਸਹੀ ਆ ਜਿਹੜੇ ਮੈਂ ਸਾਂਝੇ ਕਰਨ ਲੱਗਾ, ਤਾਂ ਮੁੰਡੇ ਦੇ ਛਤਰੋਲ ਵੀ ਹੋਣਾ ਚਾਹੀਦਾ, ਮੁੰਡੇ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਕੁੜੀ ਵਾਲਿਆਂ ਦੇ ਵੱਲੋਂ ਲਾਏ ਗਏ ਦੋਸ਼ ਸਹੀ ਹਨ। ਤਾਂ ਕਈ ਵਾਰੀ ਗੱਲ ਕੋਈ ਹੋਰ ਹੁੰਦੀ ਹੈ, ਵਿੱਚ ਗੱਲ ਕੋਈ ਵੀ ਹੋਰ ਬਣਾ ਵੀ ਦਿੱਤੀ ਜਾਂਦੀ ਆ। ਅਗਲੀ ਗੱਲ ਹੈ ਜੀ ਕਿ ਲੁਧਿਆਣੇ ਦੇ ਵਿੱਚ ਮੈਰਿਜ ਪੈਲਸ ਦੇ ਵਿੱਚ ਕੁੜੀ ਵਾਲੇ ਸੀਗੇ, ਵਿਆਹ ਸੀ, ਬਰਾਤੀ ਵੀ ਕਈ ਆ ਗਏ, ਪਰ ਮੁੰਡਾ ਤੇ ਉਹਦੇ ਪਰਿਵਾਰਕ ਮੈਂਬਰ ਨਹੀਂ ਪਹੁੰਚੇ। ਉਹਨਾਂ ਨੇ ਵਿਚੋਲੇ ਨੂੰ ਕਿਹਾ ਵੀ ਭਾਈ ਪਤਾ ਤਾਂ ਕਰੋ, ਤੇ ਕਹਿੰਦੇ ਵੀ ਮੁੰਡੇ ਵਾਲਿਆਂ ਨੇ ਗੱਲ ਕਹਿਤੀ ਵੀ ਭਾਈ ਕਰੇਟਾ ਗੱਡੀ ਤੇ 25 ਲੱਖ ਰੁਪਇਆ ਦਿਓ, ਫਿਰ ਅਸੀਂ ਮੁੰਡਾ ਲੈ ਕੇ ਆਵਾਂਗੇ, ਲਾੜਾ ਫਿਰ ਪਹੁੰਚੂਗਾ। ਉਹ ਦੇ ਨਹੀਂ ਸਕੇ ਤੇ ਲਾੜਾ ਪਹੁੰਚਿਆ ਨਹੀਂ, ਤੇ ਗੱਲ ਪੁਲਿਸ ਦੇ ਕੋਲੇ ਪਹੁੰਚ ਗਈ ਹੈ।
ਪੰਜਾਬ ਦਾ ਮੌਸਮ ਕਿਹੋ ਜਿਹਾ ਜੀ? ਖੁਸ਼ਕ ਆ ਜੀ। ਪੰਜਾਬ ਦੇ ਵਿੱਚ ਅੱਜ ਦਿਨ ਦੇ ਵੇਲੇ ਮੌਸਮ ਗਰਮ ਸੀਗਾ, ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਆ ਜਿਹੜਾ ਉਹ ਠੀਕ ਰਹਿਣ ਦੀ ਸੰਭਾਵਨਾ, ਰਾਤਾਂ ਠੰਡੀਆਂ ਤੇ ਦਿਨ ਦੇ ਵੇਲੇ ਮੌਸਮ ਖੁਸ਼ਕ ਜਿਹਾ ਹੈਗਾ, ਪੱਖੇ ਚੱਲਦੇ ਆ, ਮੀਂਹ ਕਣੀ ਤੋਂ ਬਿਨਾਂ ਸਾਰੀ ਆਉਣੀ ਨੀ, ਠੰਡ ਆਉਣੀ ਨੀ, ਤੇ ਮੀਂਹ ਕਣੀ ਹਲੇ ਆਉਂਦੇ 72 ਘੰਟਿਆਂ ਵਿੱਚ ਸੰਭਵ ਨਹੀਂ ਹੈ ਜੀ। ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਮਿਹਰਬਾਨੀ ਜੀ, ਮਿਹਰਬਾਨੀ। Red FM.